ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਆਵਦਨ ਵਾਲੀਆਂ ਨੇ ਮੁਸ਼ਕਲਾਂ ਕੋਵਿਡ 19 ਵੈਕਸੀਨ ਸਰਟੀਫਿਕੇਟ ਦੇ ਉੱਤੇ ਲੱਗੀ ਫੋਟੋ ਨੂੰ ਲੈ ਕੇ ਛੜਿਆ ਵੱਡਾ ਵਿਵਾਦ ਕੇਰਲਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਕਿ ਕਿਉਂ ਲੱਗੀ ਹੈ ਵੈਕਸੀਨ ਸਰਟੀਫਿਕੇਟ ਦੇ ਉੱਤੇ ਨਰਿੰਦਰ ਮੋਦੀ ਦੀ ਫੋਟੋ ਦਾ ਟੀਵੀ ਨਰਾਈ ਦੇਖ ਰਹੇ ਹਾਂ ਮੈਂ ਹਾਂ ਸੁਖਵੀਰ ਸਿੰਘ ਸ਼ੇਰਗੱਲ ਕੋਵਿਡ-19 ਦੀ ਮਹਾਮਾਰੀ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਛੜੀਆਂ ਸੀ ਜਿਸ ਤੋਂ ਬਾਅਦ ਜਿਹੜਾ ਹੈ ਵੈਕਸੀਨੇਟ ਹੋਣੇ ਜਿਹੜੇ ਵੈਕਸੀਨੇਟ ਕਰਨੇ ਸਰਕਾਰ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਵੈਕਸੀਨ ਟੀਕੇ ਲਗਾਉਣ ਦੀ ਕੋਵਿਡ ਸ਼ੀਲਡ ਦੀ ਗੱਲ ਕਰ ਲਈਏ ਜਾਂ ਕੋ-ਵੈਕਸੀਨ ਦੀ ਗੱਲ ਕਰ ਲਈਏ ਤਾਂ ਜਿਵੇਂ ਟੀਕੇ ਲੱਗਣੇ ਸ਼ੁਰੂ ਹੋ ਗਏ ਜਿਸ ਤੋਂ ਬਾਅਦ ਇੱਕ ਸਰਟੀਫਿਕੇਟ ਬਣਦਾ ਹੈ ਜੋ ਪੀਡੀਐਫ ਵੀ ਕਢਵਾਇਆ ਜਾਂਦਾ ਹੈ ਲੋਕਾਂ ਦੇ ਵੱਲੋਂ ਹੋਰ ਵੀ ਬਹੁਤ ਸਾਰੇ ਤਰੀਕਿਆਂ ਦੇ ਨਾਲ ਇਨਫੋਰਮੇਸ਼ਨ ਮਿਲਦੀ ਹੈ ਗੱਲ ਇਥੇ ਇਹ ਨਹੀਂ ਹੈ ਕਿ ਇਨਫਾਰਮੇਸ਼ਨ ਮਿਲਦੀ ਹੈ ਪਰ ਇਨਫਾਰਮੇਸ਼ਨ ਸਰਟੀਫਿਕੇਟ ਦੇ ਉੱਪਰ ਵੈਕਸੀਨ ਸਰਟੀਫਿਕੇਟ ਦੇ ਉੱਪਰ ਜਿਹੜੀ ਨਰਿੰਦਰ ਮੋਦੀ ਦੀ ਫੋਟੋ ਲੱਗੀ ਹੈ ਇਸ ਨੂੰ ਲੈ ਕੇ ਹੁਣ ਵੱਡਾ ਵਿਵਾਦ ਛਿੜ ਗਿਆ ਜੀ ਹਾਂ ਕੇਰਲਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਹੋਈ ਹੈ ਜਿਸ ਨੂੰ ਲੈ ਕੇ ਜਸਟਿਸ ਪੀਬੀ ਸੁਰੇਸ਼ ਕੁਮਾਰ ਨੇ ਉਹਨਾਂ ਦੇ ਕੋਲੇ ਮਾਮਲਾ ਪਹੁੰਚਿਆ ਇੱਕ ਪਟੀਸ਼ਨ ਪਹੁੰਚੀ ਹੈ ਜਿਸ ਦੇ ਜਿਸ ਦੇ ਵਿੱਚ ਇਹ ਇਹ ਸ਼ਿਕਾਇਤ ਕੀਤੀ ਗਈ ਹੈ ਕਿ ਨਰਿੰਦਰ ਮੋਦੀ ਦੀ ਫੋਟੋ ਸਰਟੀਫਿਕੇਟ ਦੇ ਉੱਤੇ ਕਿਉਂ ਲੱਗੀ ਗਈ ਕਿਉਂ ਲਾਈ ਗਈ ਹੈ ਦੱਸ ਦਿੰਦੇ ਆ ਕਿ ਇਸ ਜਿਸ ਵਿਅਕਤੀ ਦੇ ਵੱਲੋਂ ਇਸ ਦੇ ਖਿਲਾਫ ਜਿਹੜਾ ਨਰਿੰਦਰ ਮੋਦੀ ਦੇ ਖਿਲਾਫ ਪਟੀਸ਼ਨ ਪਾਈ ਗਈ ਹੈ ਉਸ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਮੈਂ ਪੈਸੇ ਖਰਚ ਕੇ ਜਿਹੜੀ ਹੈ ਉਹ ਵੈਕਸੀਨ ਲਗਵਾਈ ਹੈ ਪੈਸੇ ਖਰਚ ਕੇ ਮੇਰੇ ਵੱਲੋਂ ਟੀਕਾਕਰਨ ਕਰਵਾਇਆ ਗਿਆ ਮੈਂ ਪ੍ਰਾਈਵੇਟ ਹਸਪੀਟਲ ਤੋਂ ਇਹ ਵੈਕਸੀਨ ਲਗਵਾਈ ਹੈ ਪਰ ਜਦੋਂ ਮੈਂ ਪ੍ਰਾਈਵੇਟ ਹਸਪੀਟਲ ਦੇ ਵਿੱਚੋਂ ਵੈਕਸੀਨ ਲਗਵਾਈ ਹੈ ਤੇ ਉਸ ਦੇ ਉੱਪਰ ਕਿਉਂ ਨਰਿੰਦਰ ਮੋਦੀ ਦੀ ਫੋਟੋ ਜਿਹੜੀ ਹੈ ਸਰਟੀਫਿਕੇਟ ਦੇ ਉੱਤੇ ਆ ਰਹੀ ਹੈ ਕਿਉਂ ਉਹਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਹਾਲਾਂਕਿ ਜੇਕਰ ਮੈਂ ਆ ਫ੍ਰੀ ਤੌਰ ਦੇ ਉੱਤੇ ਗਵਰਨਮੈਂਟ ਕਿਸੇ ਹਸਪੀਟਲ ਦੇ ਵਿੱਚੋਂ ਲਵਾਈ ਹੁੰਦੀ ਤਾਂ ਕਰਕੇ ਤੁਸੀਂ ਸਰਟੀਫਿਕੇਟ ਦੇ ਉੱਤੇ ਦੇ ਸਕਦੇ ਹੋ ਪਰ ਮੇਰੇ ਪ੍ਰਾਈਵੇਟ ਪੈਸੇ ਖਰਚਣ ਦੇ 바ਬਯੂਦ ਵੀ ਮੇਰੇ ਉਹ ਸਰਟੀਫਿਕੇਟ ਦੇ ਉੱਤੇ ਕਿਉਂ ਨਰਿੰਦਰ ਮੋਦੀ ਦੀ ਫੋਟੋ ਜਿਹੜੀ ਹੈ ਲਗਾਈ ਗਈ ਹੈ ਉਸ ਦੇ ਬਦਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਕਈਆਂ ਗਈਆਂ ਨੇ ਜਾਣਕਾਰੀ ਮੁਤਾਬਕ ਉਸ ਦੇ ਵੱਲੋਂ ਬਹੁਤ ਸਾਰੇ ਤੱਥ ਮੂਰੇ ਰੱਖੇ ਗਏ ਨੇ ਕਿਹਾ ਗਿਆ ਕਿ ਨਰਿੰਦਰ ਮੋਦੀ ਦੀ ਪ੍ਰੋਮੋਸ਼ਨ ਕਰਨ ਦੇ ਲਈ ਨਰਿੰਦਰ ਮੋਦੀ ਦੀ ਜਿਹੜੀ ਹੈ ਉਸ ਨੂੰ ਪ੍ਰੋਮੋਟ ਕਰਨ ਦੇ ਲਈ ਐਸੇ ਕਰਕੇ ਉਸ ਦੀ ਫੋਟੋ ਜਿਹੜੀ ਹੈ ਸਰਟੀਫਿਕੇਟਾਂ ਦੇ ਉੱਤੇ ਲਗਾਈ ਗਈ ਹੈ ਉਹਦੇ ਬਦਲੋ ਕਿਹਾ ਗਿਆ ਹੈ ਕਿ ਜੇਕਰ ਇਹਨਾਂ ਦੇ ਬਦਲੋ ਪੁਖਤਾ ਜਾਣਕਾਰੀਆਂ ਦੇਣ ਦੇ ਲਈ ਕੋਵਿਡ ਮਹਾਮਾਰੀ ਨੂੰ ਲੈ ਕੇ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਸੈਟ ਕਿਟ ਦੇ ਉੱਤੇ ਜਾਂ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਨੇ ਜਿਸ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕਦਾ ਸੀ ਬਜਾਏ ਨਰਿੰਦਰ ਮੋਦੀ ਦੀ ਉਥੇ ਫੋਟੋ ਲਗਾਉਣ ਨੂੰ ਲੈ ਕੇ ਪਹਿਲਾਂ ਵੀ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਵੱਲੋਂ ਕਹੀਆਂ ਜਾ ਰਹੀਆਂ ਸੀ ਤੁਸੀਂ ਜਾਣਦੇ ਹੋ ਬਾਕੂਬੀ ਕਿ ਨਰਿੰਦਰ ਮੋਦੀ ਕੈਮਰੇ ਨੂੰ ਕਿੰਨਾ ਪਿਆਰ ਕਰਦੇ ਨੇ ਅਕਸਰ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਨੇ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਨੇ ਜਿੱਥੇ ਨਰਿੰਦਰ ਮੋਦੀ ਦੇ ਵੱਲੋਂ ਜਿਹੜੇ ਕੈਮਰੇ ਦੇ ਅੱਗੇ ਉਹਨਾਂ ਦੀ ਫੋਟੋ ਖਿੱਚਣ ਦੇ ਜਿਹੜੇ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਪਾਸੇ ਕੀਤਾ ਜਾਂਦਾ ਨਰਿੰਦਰ ਮੋਦੀ ਦੇ ਵੱਲੋਂ ਆਪ ਤੇ ਉਹਨਾਂ ਨੂੰ ਕੈਮਰੇ ਦੇ ਨਾਲ ਬਹੁਤ ਜ਼ਿਆਦਾ ਪਿਆਰ ਦੱਸਿਆ ਜਾਂਦਾ ਹੈ ਇਸੇ ਕਰਕੇ ਉਹਨਾਂ ਦੇ ਵੱਲੋਂ ਕੋਵਿਡ ਵੈਕਸੀਨ ਜਿਹੜੀ ਹੈ ਉਸਦੇ ਸਰਟੀਫਿਕੇਟ ਦੇ ਉੱਤੇ ਫੋਟੋ ਵੀ ਲਗਵਾਈ ਗਈ ਹੈ ਸਾਫ਼ ਤੌਰ ਦੇ ਉੱਤੇ ਇਸ ਇਨਸਾਨ ਦੇ ਵੱਲੋਂ ਜਿਸ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ ਇਸ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਕਿਉਂ ਲਗਾਈ ਗਈ ਹੈ ਆਮ ਲੋਕਾਂ ਨੂੰ ਕਿਉਂ ਨਰਿੰਦਰ ਮੋਦੀ ਦਾ ਚਿਹਰਾ ਥੋਪਿਆ ਜਾ ਰਿਹਾ ਹੈ ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਇਹਨਾਂ ਦੀਆਂ ਹੋਲਡਿੰਗਸ ਲੱਗਦੀਆਂ ਨੇ ਇਹਨਾਂ ਦੇ ਵੱਲੋਂ ਸੁਨੇਹੇ ਦਿੱਤੇ ਜਾਂਦੇ ਨੇ ਜਾਂ ਕਿਹਾ ਜਾਂਦਾ ਹੈ ਕਿ ਮਨ ਦੀ ਮਨ ਕੀ ਬਾਤ ਜਿਹੜੀ ਹੁੰਦੀ ਹੈ ਉਸ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਕਈਆਂ ਜਾਂਦੀਆਂ ਨੇ ਪਰ ਕਰੋਨਾ ਵੈਕਸੀਨ ਸਰਟੀਫਿਕੇਟ ਦੇ ਉੱਤੇ ਆਪਣੀ ਫੋਟੋ ਲਗਵਾ ਲੈਣੀ ਇਹ ਇਸ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਕਿਉਂ ਲਗਾਈ ਗਈ ਹੈ ਕਿ ਇਸ ਦੀ ਨੀਤੀ ਸੀ ਕਿਉਂ ਕੀ ਇਸ ਦੇ ਪਿੱਛੇ ਰੀਜ਼ਨ ਹੈ ਕੀ وجہ ਹੈ ਇਹ ਹੀ ਜਾਣਣ ਦੇ ਜਾਣਨ ਦੇ ਲਈ ਕੇਰਲਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਬਕ ਜਾਣਕਾਰੀਆਂ ਜਿਹੜੀਆਂ ਹੋਣਗੀਆਂ ਉਹ ਵੀ ਟੀਵੀਨਾਰੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰੇਗਾ ਪਰ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਨਰਿੰਦਰ ਮੋਦੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕੇਰਲਾ ਹਾਈ ਕੋਰਟ ਦੇ ਵਿੱਚ ਮਾਮਲਾ ਜਿਹੜਾ ਆਇਆ ਹੈ ਜਿਸ ਨੂੰ ਸੁਰੇਸ਼ ਕੁਮਾਰ ਜਿਹੜੇ ਜੱਜ ਨੇ ਉਹਨਾਂ ਦੇ ਵੱਲੋਂ ਜਿਹੜਾ ਉਹਨਾਂ ਦੇ ਕੋਲੇ ਕੇਸ ਪਹੁੰਚਿਆ ਹੈ ਉਹਨਾਂ ਦੇ ਵੱਲੋਂ ਹੁਣ ਅਗਲੀ ਰੀ ਕਾਰਵਾਈ ਕੀ ਕਰੀ ਜਾਣੀ ਹੈ ਵੈਕਸੀਨੇਸ਼ਨ ਜਿਹੜੇ ਸਰਟੀਫਿਕੇਟ ਨੇ ਉਹਨਾਂ ਦੇ ਉੱਤੇ ਜਿਹੜੀ ਲੱਗੀ ਹੋਈ ਫੋਟੋ ਨਰਿੰਦਰ ਮੋਦੀ ਦੀ ਹੈ ਉਸ ਦੇ ਬਾਰੇ ਕੀ ਜਾਣਕਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੀਆਂ ਟੀਵੀ ਨਾਰਾਇਣ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰੇਗਾ ਫਿਲਹਾਲ ਦੇ ਲਈ ਵੱਡੀ ਖਬਰ ਹੈ ਕਿ ਨਰਿੰਦਰ ਮੋਦੀ ਦੀਆਂ ਮੁਸ਼ਕਲਾਂ ਹੁਣ ਵਧਣਗੀਆਂ ਕਿਉਂਕਿ ਵੈਕਸੀਨ ਸਰਟੀਫਿਕੇਟ ਦੇ ਉੱਤੇ ਲੱਗੀ ਫੋਟੋ ਹੁਣ ਚਿੰਤਾ ਦਾ ਵਿਸ਼ਾ ਬਣੇਗੀ ਨਰਿੰਦਰ ਮੋਦੀ ਦੇ ਲਈ ਅਜਿਹੀਆਂ ਵੱਡੀਆਂ ਖਬਰਾਂ ਬਾਕੀ ਤੁਸੀਂ ਆਪਣੇ ਤੱਕ ਪਹੁੰਚਦਾ ਕਰਨ ਦੇ ਲਈ ਜੁੜੇ ਰਹੋ ਦਾ ਟੀਵੀ ਐਨ ਆਰ ਆਈ ਦੇ ਨਾਲ